ਵੱਡੀਆਂ ਖ਼ਬਰਾਂ ਆਈਆਂ ਜੀ, ਵੱਡੀਆਂ ਖ਼ਬਰਾਂ। ਮੈਂ ਤਾਂ ਨਸੇ ਆਇਆ ਮੁਰਸ਼ਦ ਕੋਲ, ਮੈਂ ਕਿਹਾ ਕਿ ਪੁੱਛਾਂ ਤਾਂ ਸਹੀ ਗੱਲਬਾਤ ਕੀ ਹੈ ਅਤੇ ਹੋਇਆ ਕੀ ਹੈ। ਉਹ ਛੱਡੋ ਤੁਸੀਂ, ਕਿਹੜੇ ਕੰਮ ਲੱਗੇ ਹੋ, ਵੱਡੀਆਂ ਖ਼ਬਰਾਂ ਆ ਗਈਆਂ ਜੀ। ਕੀ ਖ਼ਬਰ ਆ ਗਈ ਤੈਨੂੰ, ਉਹ ਕੀ ਹੋ ਗਈ? ਉਹ ਪੜ੍ਹ ਵੀ ਲੈਣ ਦਿਆ ਕਰ, ਕਦੀ ਕੋਈ ਕੰਮ ਦੀ ਗੱਲ ਵੀ ਕਰ ਲੈਣ ਦਿਆ ਕਰ। ਉਹ ਚੀਫ ਸਾਹਿਬ ਬਿਮਾਰ ਨੇ। ਹੈਂ? ਹਾਂਜੀ। ਤੈਨੂੰ ਕੀ ਦੱਸਿਆ? ਉਹ ਆਪ ਦੱਸਿਆ, ਉਹਨਾਂ ਨੇ ISPR ਵਾਲਿਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ, ਉਹਨਾਂ ਨੇ ਕਿਹਾ ਕਿ ਚੀਫ ਸਾਹਿਬ ਬਿਮਾਰ ਸੀ, ਐਸੇ ਕਰਕੇ ਤਾਂ ਉਹ ਗਏ ਨਹੀਂ ਸ਼ਬਾਜ਼ ਸ਼ਰੀਫ ਦੀ ਅਤੇ ਹਲਫੇਦਾਰੀ ਦੇ ਵਿੱਚ, ਅਤੇ ਲੋਕਾਂ ਨੇ ਵੀ ਪ੍ਰੋਪਗੈਂਡਾ ਕੀਤੇ ਨੇ PTA ਵਾਲਿਆਂ ਨੇ। ਆਹੋ, ਅਤੇ ਹੋਰ ਸੁਣ ਲਓ, ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਐਕਸਟੈਂਸ਼ਨ ਕੋਈ ਨਹੀਂ ਲੈਣੀ, ਨਾ ਅਸੀਂ ਔਫਰ ਦੇਣੀ ਹੈ ਅਤੇ ਨਾ ਅਸੀਂ ਔਫਰ ਲੈਣੀ ਹੈ। ਇਹ ਵੀ ਪ੍ਰੋਪਗੈਂਡਾ ਤੁਹਾਡਾ ਨਾਕਾਮ ਹੋ ਗਿਆ। ਕੋਈ ਗੱਲ ਸੁਣੋ। ਹਾਂਜੀ। ਤੈਨੂੰ ਜਿਹੜੇ ਸਿਆਸਤ ਦੇ ਚਮੂਣੇ ਲੜਦੇ ਨੇ ਨਾ, ਹਾਂਜੀ, ਤੂੰ ਕਦੀ ਕੁਛ ਅਤੇ ਕਦੀ ਕੁਛ, ਕੋਈ ਨਾ ਨਵੀਂ ਤੋਂ ਨਵੀਂ ਗੱਲ ਲੈ ਕੇ ਟੁਰਿਆ ਰਹਿਣਾ। ਕੋਈ ਗੱਲ ਕਰਿਆ ਕਰ ਕੋਈ ਚੱਜ ਦੀ। ਉਹ ਹੁਣ ਤਾਂ ਹਕੂਮਤ ਸਾਡੀ ਆ ਗਈ ਹੈ। ਉਹ ਤੇਰੀ ਹਕੂਮਤ ਦੀ ਗੱਲ ਕਰਨਾ, ਕੀ ਕੀਤਾ ਤੁਸੀਂ ਹੁਣ? ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਹਕੂਮਤ ਬਣਾਇਆ? ਕੈਬਨਿਟ ਤੁਹਾਡੀ ਬਣੀ ਨਹੀਂ ਹਲੇ ਤੱਕ। ਬਣ ਜਾਏਗੀ, ਐਵੇਂ ਨਹੀਂ ਬਣੀ ਕੈਬਨਿਟ। ਕੀ ਵਜ਼ਾਰਤਾਂ ਪੂਰੀਆਂ ਸੈੱਟ ਹੋ ਰਹੀਆਂ ਨੇ। ਕਿੱਥੇ ਸੈੱਟ ਹੋ ਰਹੀਆਂ? ਇਹ ਕਰਾਚੀ ਗਏ ਸਨਮੀਆਂ ਸਾਹਿਬ। ਅੱਛਾ, ਉੱਥੇ ਪੂਰੀ ਇੰਤਜ਼ਾਮ ਕਰਕੇ ਆਏ ਨੇ। ਕੀ ਇੰਤਜ਼ਾਮ ਕਰ ਆਏ ਨੇ? ਮੈਂ ਵੀ ਦੱਸ ਛੱਡ, ਇੰਝ ਮੁਲਾਕਾਤਾਂ ਬਲਾਵਲ ਹਾਊਸ ਅਤੇ ਫਿਰ ਬਹਾਦਰਾਬਾਦ ਅਤੇ ਯੇ ਵੋ, ਪੂਰੇ ਇੰਤਜ਼ਾਮ ਕਰਦੇ ਨੇ, ਇਤਿਹਾਦੀ ਨੇ ਨਾਲ ਸਾਡੇ। ਓਏ ਸੁਣ ਮੇਰੀ ਗੱਲ, ਓਏ ਬੇਵਕੂਫਾ, ਤੂੰ ਸਿੱਖਣਾ ਕੁਛ ਨਹੀਂ, ਤੂੰ ਪਤੰਗਾਂ ਲੁੱਟਣੀ ਹੈ। ਉਹ ਬਸੰਤ ਦਾ ਉੱਥੇ ਪਤੰਗ ਉਡਾਉਂਦੇ ਨੇ ਨਾ ਲੋਕ। ਹਾਂਜੀ। ਅਤੇ ਇੱਕ ਲੁਟੇਰਾ ਹੁੰਦਾ ਵਿੱਚ, ਇੱਕ ਲੁਟੇਰਾ ਹੁੰਦਾ। ਅੱਛਾ, ਉਹਨੇ ਢੀਂਗਰੀ ਬੰਨੀ ਹੁੰਦੀ ਹੈ ਡਾਂਗ। ਅੱਛਾ, ਠੀਕ ਹੈ। ਅਤੇ ਉਹ ਸਿਰਫ ਕੱਟੀਆਂ ਪਤੰਗਾਂ ਲੁੱਟਦਾ। ਅੱਛਾ। ਅਤੇ ਡੋਰਾਂ ਲੁੱਟਦਾ, ਅਤੇ ਉਹ ਸੱਚੀ ਖੁਸ਼ ਹੁੰਦਾ, ਉਹਦੀ ਬਸੰਤ ਉਹ ਹੀ ਹੁੰਦੀ ਹੈ। ਛੋਟੇ ਪੈਰ ਨੇ ਤੇ ਬੂਟ ਪਾ ਲੈ ਨੇ, ਵੱਡੇ ਵੱਡੇ ਬੂਟ ਤੇ ਪਾਉਣ ਦਾ ਸ਼ੌਕ ਹੈ ਉਹਨਾਂ ਨੂੰ। ਤੇ ਪੈਂਦਾ ਵੱਡਾ ਔਖਾ, ਮੰਜ਼ਿਲ ਮਿਲੇ ਨਾ ਮਿਲੇ, ਪੈਰਾਂ ਤੇ ਛਾਲੇ ਜ਼ਰੂਰ ਪੈ ਜਾਣੇ ਨੇ। ਪਤੰਗ ਤਗੜੀ ਹੈ, ਡੋਰ ਕਮਜ਼ੋਰ ਹੈ, ਹਵਾਵਾਂ ਤੇਜ਼ ਨੇ, ਬੁੱਲੇ ਤੇ ਲੱਗੀ ਹੈ ਪਤੰਗ। ਹੁਣ ਟੁੱਟੀ ਕਿਉਂ ਟੁੱਟੀ, ਬਲਕਿ ਸਮਝ ਟੁੱਟੀ। ਤੁਸੀਂ ਐਵੇਂ ਕਹੀ ਜਾਣਦੇ? ਹਾਂਜੀ, ਐ ਨਹੀਂ ਤੂੰ ਮੈਨੂੰ ਪੁੱਛਿਆ ਟੁੱਟ ਕੇ ਕਿੱਥੇ ਡਿੱਗੇਗੀ? ਟੁੱਟ ਕੇ ਅਪੋਜੀਸ਼ਨ ਬੈਂਚਾਂ ਤੇ ਡਿੱਗੇਗੀ। ਲੋ, ਅਗਲੇ ਪਾਗਲ ਨੇ ਕਿਹੜੇ? ਹੁਣ ਸਾਡੇ ਚੋ ਹਕੂਮਤ 'ਚ ਆਏ ਨੇ, ਉਹ ਪਹਿਲੇ ਤੁਹਾਡੇ ਨਾਲ ਸੀ, ਹੁਣ ਸਾਡੇ ਨਾਲ ਨੇ। ਹੁਣੇ ਮੈਂ ਤੁਹਾਨੂੰ ਦੱਸਿਆ ਕਿ ਕਈ ਲੋਕਾਂ ਦੀ ਬਸੰਤ ਐ ਹੁੰਦੀ ਹੈ, ਪਤੰਗਾਂ ਲੁੱਟਣੀਆਂ ਬਸ, ਉਡਾਉਣੀਆਂ ਨਹੀਂ। ਪਤੰਗ ਦਾ ਹਾਲ ਹੈ, ਪਤੰਗ ਟੁੱਟ ਗਈ ਹੈ। ਪਤੰਗ ਟੁੱਟ ਗਈ ਹੈ? ਹਾਂਜੀ। ਅਤੇ ਅੱਗੇ ਕੀ ਹੋਏਗਾ? ਅੱਗੇ ਕੀ ਹੋਏਗਾ? ਅੱਗੇ ਪੋਜੀਸ਼ਨ 'ਚ ਪਵੇਗੀ, ਤਾਂ ਕਿ ਹਕੂਮਤ ਦੀ ਕੁਝ ਸਾਖ ਬਣੇ। ਅੱਛਾ, ਯਾਨੀ ਕਿ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਆ ਕੇ ਉਹਨਾਂ ਨੇ ਘੱਟ ਦਾ ਸੌਦਾ ਕੀਤਾ? ਹਾਂਜੀ, ਤੁਹਾਡੇ ਨਾਲ ਆ ਕੇ ਉਹਨਾਂ ਨੇ ਘੱਟ ਦਾ ਸੌਦਾ ਕਰ ਬੈਠੇ ਨੇ। ਅਤੇ ਜ਼ਰਦਾਰੀ ਸਾਹਿਬ? ਜ਼ਰਦਾਰੀ ਸਾਹਿਬ, ਉਹ ਜ਼ਰਦਾਰੀ ਸਾਹਿਬ ਨੂੰ ਛੱਡ। ਉਹ ਜ਼ਰਦਾਰੀ ਸਾਹਿਬ ਜਿਹੜੇ ਨੇ ਉਹ ਮਾਲਦਾਰ ਆਦਮੀ ਨੇ, ਅਮੀਰ ਆਦਮੀ ਨੇ, ਅਤੇ ਉਹਨਾਂ ਦਾ ਪੇਟ ਪਾਟਿਆ ਅਤੇ ਡਾਲਰਾਂ ਦੇ ਢੇਰ ਲੱਗ ਗਿਆ। ਇਮਰਾਨ ਖਾਨ ਕੀ ਕਰੇਗਾ? ਜਲਸੀਆਂ 300 ਬੰਦੇ ਦੀ ਹੁੰਦੀ, 200 ਬੰਦੇ ਦੀ। ਤੇ ਜੇ ਉਹਦੇ ਜਲਸੇ 'ਚ 300 ਬੰਦੇ ਹੁੰਦੇ ਨਾ, ਜਲਸੀ ਹੁੰਦੀ ਹੈ, ਤੇ ਤੁਹਾਡੇ ਜਿਹੜੇ ਜਲਸੇ ਨੇ ਨਾ, ਇਹਦਾ ਮਤਲਬ ਹੈ ਕਿ ਤੁਸੀਂ ਖਾਬ ਵਿੱਚ ਕਰਦੇ ਹੋ, ਤੁਹਾਡਾ ਫਿਰ ਜਲਸਾ ਹੁੰਦਾ ਹੀ ਨਹੀਂ। ਓਏ, ਹੱਦੇ ਨਿਗਾਹ ਤੱਕ ਬੰਦੇ ਬੈਠੇ ਹੁੰਦੇ ਨੇ ਉਹਦੇ। ਅਤੇ ਰਹੀ ਗੱਲ ਇਹ ਕਿ ਕਿੰਨੇ ਕੀ ਕਿਹਾ, ਐਡੀਆਂ ਤਫਸੀਲਾਂ ਬਿਆਨ ਕਰਨ ਦੀ ਅਤੇ ਐਡੀਆਂ ਉਹ ਕਰਨ ਦੀ ਦਲੀਲਾਂ ਦੇਣ ਦੀ ਜ਼ਰੂਰਤ ਕੀ ਹੁੰਦੀ ਹੈ? ਕਿਸੇ ਨੂੰ ਕਿਉਂ ਪੇਸ਼ ਆਉਂਦੀ ਹੈ? ਠੀਕ ਕਹਿ ਰਹੇ ਤੁਸੀਂ, ਦਲੀਲਾਂ ਦੇਣ ਦੀ ਜ਼ਰੂਰਤ ਕਿਉਂ ਪੇਸ਼ ਆਉਂਦੀ ਹੈ? ਕਿ ਜਦੋਂ ਕੰਮ ਮੁੱਕ ਜਾਂਦਾ, ਗਲੇ ਪੈ ਜਾਂਦੀ ਹੈ ਕੋਈ ਗੱਲ, ਠੀਕ ਹੈ, ਅਤੇ ਫਿਰ ਦਲੀਲਾਂ 'ਤੇ ਗੱਲ ਆਉਂਦੀ ਹੈ। ਹੁਣ ਫਿਰ ਮੈਂ ਕਿਵੇਂ ਜਾਵਾਂ?
ਹੁਣ ਤੂੰ ਦਫਾ ਹੋ ਜਾ, ਤੂੰ ਦੋ ਸਾਲ 'ਚ ਮੇਰੇ ਕੋਲ ਕੁਝ ਨਹੀਂ ਸਿੱਖਿਆ ਤੇ ਤੂੰ ਆ ਜਾਣਾ ਪੰਜਾਂ ਮਿੰਟਾਂ 'ਚ ਮੈਂ ਸਭ ਕੁਝ ਸਿਖਾ ਦੇਵਾਂ। ਠੀਕ ਹੈ, ਮੈਂ ਚੱਲਦਾ। ਹੁਣ ਜਾ। ਓਕੇ। ਹਾਂ।